ਇਹ ਆਕਾਸ਼ਵਾਣੀ ਜਲੰਧਰ ਹੈ। ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਸਾਬਤ ਕਰ ਦਿੱਤੈ ਕਿ ਚੰਗੀ ਰਾਜਨੀਤੀ ਦੇ ਨਾਲ ਚੰਗੀ ਆਰਥਿਕਤਾ ਵੀ ਚੱਲ ਸਕਦੀ ਹੈ। ਪ੍ਰਧਾਨ ਮੰਤਰੀ ਅੱਜ ਸਵੇਰੇ ਨਵੀਂ ਦਿੱਲੀ ਵਿਚ ਨੈਸ਼ਨਲ ਕ੍ਰੀਏਟਰਸ ਅਵਾਰਡ ਪ੍ਰਦਾਨ ਕਰਨਗੇ। ਦੇਸ਼ ਭਰ ਵਿਚ ਅੱਜ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਵੀ ਮਨਾਇਆ ਜਾ ਰਿਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਚੰਗੀ ਆਰਥਿਕਤਾ ਅਤੇ ਚੰਗੀ ਰਾਜਨੀਤੀ ਨਾਲੋਂ ਨਾਲ ਚੱਲ ਸਕਦੀਆਂ ਨੇ। ਕੱਲ੍ਹ ਸ਼ਾਮੀ ਰਿਪਬਲਿਕ ਸਮਿਟ ਚ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਇਕ ਮਜ਼ਬੂਤ ਲੋਕਤੰਤਰ ਦੇ ਰੂਪ ਵਿਚ ਦੁਨੀਆਂ ਲਈ ਵਿਸ਼ਵਾਸ ਦਾ ਪ੍ਰਤੀਕ ਬਣਿਆ ਹੋਇਐ। ਉਨੂਾਂ ਜ਼ੋਰ ਦੇ ਕੇ ਕਿਹਾ ਕਿ ਇਹ ਦਹਾਕਾ ਵਿਕਸਿਤ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਹੋਏਗਾ। ਉਨੂਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦਹਾਕਾ ਭਾਰਤ ਦੀ ਤੇਜ਼ ਰਫ਼ਤਾਰ ਕਨੈਕਟੀਵਿਟੀ, ਤੇਜ਼ ਰਫ਼ਤਾਰ ਮੋਬਿਲਿਟੀ ਅਤੇ ਤੇਜ਼ ਰਫ਼ਤਾਰ ਖੁਸ਼ਹਾਲੀ ਦਾ ਦਹਾਕਾ ਹੋਏਗਾ। ਸ੍ਰੀ ਮੋਦੀ ਨੇ ਕਿਹਾ ਕਿ ਉਨੂਾਂ ਦਾ ਪੂਰਾ ਧਿਆਨ ਦੇਸ਼ ਦੇ ਵਿਕਾਸ ਦੀ ਗਤੀ ਅਤੇ ਪੱਧਰ ਨੂੰ ਵਧਾਉਣ ਤੇ ਐ। ਉਨੂਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਲੋਕਾਂ ਨੇ ਨਾਰੇ ਨਹੀਂ ਸਗੋਂ ਹੱਲ ਦੇਖੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਨਵੀਂ ਦਿੱਲੀ ਵਿਚ ਭਾਰਤ ਮੰਡਪਮ ਵਿਚ ਪਹਿਲਾ ਨੈਸ਼ਨਲ ਕ੍ਰੀਏਟਰਸ ਅਵਾਰਡ ਪ੍ਰਦਾਨ ਕਰਨਗੇ। ਉਹ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਨੈਸ਼ਨਲ ਕ੍ਰੀਏਟਰਸ ਅਵਾਰਡ ਵੱਖ ਵੱਖ ਖੇਤਰਾਂ ਵਿਚ ਉੱਤਮਤਾ ਅਤੇ ਪ੍ਰਭਾਵ ਨੂੰ ਮਾਨਤਾ ਦੇਣ ਦਾ ਇਕ ਯਤਨ ਹੈ ਜਿਸ ਵਿਚ ਕਹਾਣੀ ਸੁਣਾਉਣਾ, ਸਮਾਜਿਕ ਤਬਦੀਲੀ ਦੀ ਵਕਾਲਤ, ਵਾਤਾਵਰਣ ਸਥਿਰਤਾ, ਸਿੱਖਿਆ ਅਤੇ ਗੇਮਿੰਗ ਸ਼ਾਮਲ ਨੇ। ਪਹਿਲੇ ਗੇੜ ਵਿਚ 20 ਵੱਖ ਵੱਖ ਸ਼੍ਰੇਣੀਆਂ ਵਿਚ 1.5 ਲੱਖ ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਇਸ ਤੋਂ ਬਾਅਦ ਵੋਟਿੰਗ ਗੇੜ ਵਿਚ ਵੱਖ ਵੱਖ ਅਵਾਰਡ ਸ਼੍ਰੇਣੀਆਂ ਵਿਚ ਡਿਜੀਟਲ ਸਿਰਜਣਹਾਰਾਂ ਲਈ ਲਗਭਗ 10 ਲੱਖ ਵੋਟਾਂ ਪਈਆਂ। ਇਸ ਤੋਂ ਬਾਅਦ 3 ਅੰਤਰਰਾਸ਼ਟਰੀ ਨਿਰਮਾਤਾਵਾਂ ਸਮੇਤ 23 ਜੇਤੂਆਂ ਦਾ ਫੈਸਲਾ ਕੀਤਾ ਗਿਆ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਹ ਭਾਰੀ ਜਨਤਕ ਸ਼ਮੂਲੀਅਤ ਇਸ ਗੱਲ ਦੀ ਗਵਾਹੀ ਹੈ ਕਿ ਪੁਰਸਕਾਰ ਅਸਲ ਵਿਚ ਲੋਕਾਂ ਦੀ ਪਸੰਦ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਬਾਅਦ ਅਸਾਮ ਦੇ 2 ਦਿਨਾਂ ਦੌਰੇ ਤੇ ਹੋਣਗੇ। ਸ੍ਰੀ ਮੋਦੀ ਜੋਰਹਾਟ ਤੋਂ 18,000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਕਰੀਬ 4 ਵਜੇ ਸੋਨਿਤਪੁਰ ਜ਼ਿਲ੍ਹੇ ਦੇ ਤੇਜ਼ਪੁਰ ਹਵਾਈ ਅੱਡੇ ਤੇ ਪਹੁੰਚਣਗੇ ਅਤੇ ਸਿੱਧੇ ਯੁਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਕਾਜ਼ੀਰੰਗਾ ਰਾਸ਼ਟਰੀ ਪਾਰਕ ਅਤੇ ਟਾਈਗਰ ਰਿਜ਼ਰਵ ਜਾਣਗੇ। ਸ੍ਰੀ ਮੋਦੀ ਨੈਸ਼ਨਲ ਪਾਰਕ ਦੇ ਕੋਹੋਰਾ ਰੇਂਜ ਸਥਿਤ ਅਸਾਮ ਪੁਲਿਸ ਗੈਸਟ ਹਾਊਸ ਵਿਚ ਰਾਤ ਰੁਕਣਗੇ। ਕੱਲ੍ਹ ਉਹ ਪਾਰਕ ਅੰਦਰ ਸਫਾਰੀ ਕਰਨਗੇ ਅਤੇ ਫਿਰ ਅਰੁਣਾਚਲ ਪ੍ਰਦੇਸ਼ ਲਈ ਰਵਾਨਾ ਹੋਣਗੇ। ਅਰੁਣਾਚਲ ਪ੍ਰਦੇਸ਼ ਵਿਚ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰੇ ਕਰੀਬ 1:30 ਵਜੇ ਜੋਰਹਾਟ ਦਾ ਦੌਰਾ ਕਰਨਗੇ, ਜਿੱਥੇ ਉਹ ਖੋਲਾਂਗਾ ਪੱਥਰ ਵਿਖੇ ਮਹਾਨ ਅਹੁਮ ਯੋਧਾ ਲਚਿਤ ਬੋਰਫੁਕਨ ਦੀ 84 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਜੋਰਹਾਟ ਤੇ ਮੇਲਿੰਗ ਮੈਟੇਲੀ ਪੋਥਰ ਵਿਖੇ ਇਕ ਜਨਸਭਾ ਨੂੰ ਸੰਬੋਧਨ ਕਰਨਗੇ ਅਤੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਬੀ ਬਰੁਆ ਕੈਂਸਰ ਇੰਸਟੀਚਿਊਟ ਗੁਹਾਟੀ ਵਿਖੇ ਚਾਈਲਡ ਕੇਅਰ ਯੂਨਿਟ, ਤਿੰਨਸੁਕੀਆ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਉਦਘਾਟਨ ਕਰਨਗੇ। ਬਰੌਨੀ ਤੋਂ ਗੁਹਾਟੀ ਤੱਕ ਕੁਦਰਤੀ ਗੈਸ ਪਾਈਪਲਾਈਨ ਅਤੇ ਆਇਲ ਇੰਡੀਆ ਲਿਮਟਿਡ ਦੇ ਕੱਚੇ ਤੇਲ ਦੇ 2 ਪੰਪਿੰਗ ਸਟੇਸ਼ਨਾਂ ਦਾ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਸ਼ਿਵ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਗੁਹਾਟੀ ਦਾ ਵਰਚੁਅਲੀ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਧੂਪ ਧਾਰਾ ਤੋਂ ਸ਼ਾਇਗਾਓਂ ਅਤੇ ਨਿਊ ਬੰਗਾਈਗਾਓਂ ਤੋਂ ਸਰਵਭੋਗ ਤੱਕ ਰੇਲਵੇ ਲਾਈਨਾਂ ਦੇ ਦੋਹਰੀਕਰਨ ਦੀ ਸ਼ੁਰੂਆਤ ਵੀ ਕਰਨਗੇ। ਕੇਂਦਰ ਨੇ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ਼ ਨਾਗਾਲੈਂਡ ਐਨ ਐਸ ਸੀ ਨਾਲ ਜੰਗਬੰਦੀ ਸਮਝੌਤੇ ਨੂੰ
ਇਕ ਸਾਲ ਲਈ ਵਧਾ ਦਿੱਤੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਏ ਕਿ ਕੇਂਦਰ ਸਰਕਾਰ ਅਤੇ ਐਨ ਐਸ ਈ ਐਨ ਕੇ ਖਾਂਗੋ ਅਤੇ ਐਨ ਐਸ ਈ ਐਨ ਰਿਫੋਰਮੇਸ਼ਨ ਨੇ ਨਾਗਾਲੈਂਡ ਵਿਚ ਸਥਾਈ ਸ਼ਾਂਤੀ ਲਿਆਉਣ ਲਈ 18 ਅਪ੍ਰੈਲ 2024 ਤੱਕ ਜੰਗਬੰਦੀ ਸਮਝੌਤੇ ਨੂੰ ਇਕ ਸਾਲ ਲਈ ਵਧਾਉਣ ਲਈ ਸਹਿਮਤੀ ਦਿੱਤੀ ਏ। ਗ੍ਰਹਿ ਮੰਤਰਾਲੇ ਨੇ ਕਿਹੈ ਕਿ ਜੰਗਬੰਦੀ ਦੋਵਾਂ ਧਿਰਾਂ ਦੁਆਰਾ ਆਪਸੀ ਸਹਿਮਤੀ ਅਤੇ ਦਸਤਖਤ ਕੀਤੇ ਗਏ ਜੰਗਬੰਦੀ ਨਿਯਮਾਂ ਦੀ ਪਾਲਣਾ ਦੇ ਅਧੀਨ ਹੋਏਗੀ। ਜੰਗਬੰਦੀ ਨਿਯਮ ਦੋਵੇਂ ਧਿਰਾਂ ਦੀ ਸ਼ਮੂਲੀਅਤ ਨਾਲ ਆਪਸੀ ਸਮੀਖਿਆ ਅਤੇ ਸੋਧ ਤੇ ਨਿਰਭਰ ਹੋਣਗੇ। ਦਿਵਿਆਂਗਾਂ ਦੇ ਸ਼ਕਤੀਕਰਨ ਅਤੇ ਮੁੜ ਵਸੇਵੇ ਵੱਲ ਇਕ ਅਹਿਮ ਕਦਮ ਵਜੋਂ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ਕੇਂਦਰੀ ਮੰਤਰੀ ਡਾ ਵਰਿੰਦਰ ਕੁਮਾਰ ਨੇ ਕੱਲ੍ ਦੇਸ਼ ਭਰ ਵਿਚ 35 ਨਵੇਂ ਜ਼ਿਲ੍ਹਾ ਦਿਵਿਆਂਗਤਾ ਮੁੜ ਵਸੇਵਾ ਕੇਂਦਰਾਂ ਡੀ ਡੀ ਆਰ ਸੀ ਦਾ ਉਦਘਾਟਨ ਕੀਤਾ। ਉਦਘਾਟਨੀ ਸਮਾਗਮ ਦੌਰਾਨ ਡਾ ਕੁਮਾਰ ਨੇ ਵੱਖ ਵੱਖ ਖੇਤਰਾਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਦਿਵਿਆਂਗਜਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਜ਼ੋਰ ਦਿੱਤਾ। ਉਨੂਾਂ ਡੀ ਆਰ ਡੀ ਸੀ ਦੇ ਕੰਮ ਨੂੰ ਵਧਾਉਣ ਲਈ ਕੇਂਦਰੀ ਸਕੀਮ ਦਿਸ਼ਾ ਨਿਰਦੇਸ਼ਾਂ ਵਿਚ ਹਾਲੀਆ ਤਬਦੀਲੀਆਂ ਨੂੰ ਉਜਾਗਰ ਕਰਦੇ ਹੋਏ ਦਿਵਿਆਂਗਜਨਾਂ ਨੂੰ ਸਭ ਤੋਂ ਵਧੀਆ ਸੰਭਵ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਮੁੜ ਪੱਕੀ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਅੱਜ ਦੇਸ਼ ਭਰ ਵਿਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਸ਼ਰਧਾਲੂ ਬੁਰਾਈ ਦੇ ਨਾਸ਼ਕ ਭਗਵਾਨ ਸ਼ਿਵ ਦੀ ਪੂਜਾ ਕਰਦੇ ਨੇ। ਉੱਤਰ ਪ੍ਰਦੇਸ਼ ਵਿਚ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਚ ਵੱਡੀ ਗਿਣਤੀ ਵਿਚ ਲੋਕ ਪੂਜਾ ਕਰਨ ਲਈ ਪਹੁੰਚ ਰਹੇ ਨੇ। ਸ਼ਰਧਾਲੂ ਗੰਗਾ ਵਿਚ ਇਸ਼ਨਾਨ ਵੀ ਕਰ ਰਹੇ ਨੇ। ਪ੍ਰਯਾਗਰਾਜ ਵਿਚ ਸ਼ਰਧਾਲੂ ਸੰਗਮ ਵਿਚ ਪਵਿੱਤਰ ਇਸ਼ਨਾਨ ਕਰ ਰਹੇ ਨੇ। ਰਾਸ਼ਟਰੀ ਰਾਜਧਾਨੀ ਚ ਵੀ ਮੰਦਰਾਂ ਨੂੰ ਸੋਹਣੀ ਤਰ੍ਹਾਂ ਸਜਾਇਆ ਗਿਐ, ਜਿੱਥੇ ਲੋਕ ਸ਼ਿਵ ਜੀ ਦੀ ਪੂਜਾ ਕਰ ਰਹੇ ਨੇ। ਮਹਾਂਸ਼ਿਵਰਾਤਰੀ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਅੱਜ ਪੰਜਾਬ ਵਿਚ ਵੀ ਪੂਰੀ ਸ਼ਰਧਾ, ਖੁਸ਼ੀਆਂ, ਚਾਵਾਂ ਤੇ ਆਪਸੀ ਭਾਈਚਾਰੇ ਨਾਲ ਮਨਾਈ ਜਾ ਰਹੀ ਹੈ। ਮੰਨਿਆ ਜਾਂਦਾ ਕਿ ਇਸੇ ਦਿਨ ਹੀ ਭਗਵਾਨ ਸ਼ਿਵ ਦਾ ਵਿਆਹ ਹੋਇਆ ਸੀ। ਮੰਦਰਾਂ ਵਿਚ ਸ਼ਿਵ ਭੋਲ ਦੇ ਜੈਕਾਰੇ ਗੂੰਜ ਰਹੇ ਨੇ। ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ। ਜਲੰਧਰ ਸਮੇਤ ਹੋਰਨਾਂ ਸ਼ਹਿਰਾਂ ਤੇ ਕਸਬਿਆਂ ਦੇ ਮੰਦਰਾਂ ਵਿਚ ਖੂਬ ਰੌਣਕਾਂ ਨੇ। ਮੰਦਰਾਂ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਏ ਅਤੇ ਬੀਤੀ ਰਾਤ ਤੋਂ ਹੀ ਰੌਸ਼ਨੀ ਕੀਤੀ ਗਈ ਏ। ਸ਼ਰਧਾਲੂ ਪੂਰੇ ਉਤਸ਼ਾਹ ਤੇ ਭਗਤੀ ਨਾਲ ਭਗਵਾਨ ਸ਼ਿਵ ਭੋਲੇ ਦੀ ਪੂਜਾ ਅਰਚਨਾ ਕਰ ਰਹੇ ਨੇ। ਮੰਦਰ ਸ਼ਿਵ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਰਹੇ ਨੇ। ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ ਸਮੇਤ ਹੋਰਨਾਂ ਮੰਦਰਾਂ ਵਿਚ ਤੜਕਸਾਰ ਤੋਂ ਹੀ ਭਗਤਾਂ ਦਾ ਤਾਂਤਾ ਲੱਗਿਆ ਹੋਇਆ ਏ। ਭਗਵਾਨ ਸ਼ਿਵ ਭੋਲੇ ਨੂੰ ਗੰਗਾ ਜਲ, ਦੁੱਧ, ਸ਼ਹਿਦ, ਬਿਲ ਪੱਤਰ, ਤਤੂਰਾ, ਫਲ ਅਤੇ ਫੁੱਲ ਅਰਪਿਤ ਕੀਤੇ ਜਾ ਰਹੇ ਨੇ। ਮੰਦਰਾਂ ਵਿਚ ਸ਼ਿਵ ਮਹਿਮਾ ਦਾ ਗੁਣਗਾਨ ਲਗਾਤਾਰ ਚੱਲ ਰਿਹਾ ਏ। ਇਸ ਦੌਰਾਨ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਏ। ਆਪਣੇ ਸੁਨੇਹੇ ਵਿਚ ਰਾਜਪਾਲ ਨੇ ਕਿਹਾ ਕਿ ਮਹਾਂਸ਼ਿਵਰਾਤਰੀ ਭਗਵਾਨ ਸ਼ਿਵ ਦੇ ਸ਼ਰਧਾਲੂਆਂ ਲਈ ਸਭ ਤੋਂ ਸ਼ੁਭ ਅਤੇ ਮਹੱਤਵਪੂਰਨ ਅਧਿਆਤਮਿਕ ਤਿਉਹਾਰ ਏ ਅਤੇ ਹਰ ਸਾਲ ਇਸ ਦਿਨ ਨੂੰ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਏ। ਉਨੂਾਂ ਆਸ ਪ੍ਰਗਟਾਈ ਕਿ ਇਹ ਤਿਉਹਾਰ ਸਾਡੇ ਸਾਰਿਆਂ ਦੇ ਜੀਵਨ ਵਿਚ ਪਿਆਰ, ਸਨੇਹ, ਸਦਭਾਵਨਾ ਅਤੇ ਭਾਈਚਾਰੇ ਦੇ ਵਿਚਾਰਾਂ ਨੂੰ ਪ੍ਰਫੁੱਲਿਤ ਕਰੇਗਾ। ਅੱਜ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਜਾ ਰਿਹੈ।
ਇਹ ਦਿਨ ਹਰ ਸਾਲ ਔਰਤਾਂ ਦੀਆਂ ਸਮਾਜਿਕ ਆਰਥਿਕ ਸਭਿਆਚਾਰਕ ਅਤੇ ਸਿਆਸੀ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਇਹ ਦਿਨ ਔਰਤਾਂ ਲਈ ਬਰਾਬਰੀ ਨੂੰ ਤੇਜ਼ ਕਰਨ ਲਈ ਕਾਰਵਾਈ ਕਰਨ ਦਾ ਵੀ ਸੱਦਾ ਦਿੰਦਾ ਹੈ। ਸੰਯੁਕਤ ਰਾਸ਼ਟਰ ਨੇ ਆਰਥਿਕ ਅਸਮਰੱਥਾ ਨਾਲ ਨਿਪਟਣ ਤੇ ਧਿਆਨ ਕੇਂਦਰਿਤ ਕਰਦੇ ਹੋਏ ਇਸ ਸਾਲ ਦਾ ਵਿਸ਼ਾ ਇਨਵੈਸਟ ਇਨ ਵਿਮੈਨ ਐਕਸਲਰੇਟ ਪ੍ਰੋਗਰੈਸ ਭਾਵ ਔਰਤਾਂ ਦੇ ਵਿਕਾਸ ਤੇ ਧਿਆਨ ਦਿੰਦਿਆਂ ਤਰੱਕੀ ਨੂੰ ਰਫ਼ਤਾਰ ਦੇਣਾ ਵਜੋਂ ਤੈਅ ਕੀਤਾ ਹੈ, ਜਦੋਂ ਕਿ ਇਸ ਸਾਲ ਦੀ ਮੁਹਿੰਮ ਦਾ ਵਿਸ਼ਾ ਹੈ ਸਮਾਵੇਸ਼ ਨੂੰ ਉਤਸ਼ਾਹਿਤ ਕਰਨਾ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਭਾਰਤ ਦੀਆਂ ਔਰਤਾਂ ਦੇ ਨਾਲ ਨਾਲ ਹੋਰ ਸਾਰੀਆਂ ਔਰਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਉਨੂਾਂ ਕਿਹਾ ਕਿ ਇਹ ਦਿਨ ਔਰਤਾਂ ਵੱਲੋਂ ਸਮਾਜ ਦੇ ਹਰ ਖੇਤਰ ਵਿਚ ਅਟੁੱਟ ਸੰਕਲਪ, ਅਥਾਹ ਦਇਆ ਅਤੇ ਨਿਰੰਤਰ ਦ੍ਰਿੜਤਾ ਨਾਲ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਮਨਾਉਣ ਦਾ ਦਿਨ ਹੈ। ਸ੍ਰੀ ਧਨਖੜ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਔਰਤਾਂ ਲਈ ਬਰਾਬਰੀ ਦੇ ਅਧਿਕਾਰ ਅਤੇ ਮੌਕਿਆਂ ਨੂੰ ਯਕੀਨੀ ਬਣਾ ਕੇ ਇਕ ਵਧੇਰੇ ਸਮਾਵੇਸ਼ੀ ਅਤੇ ਖੁਸ਼ਹਾਲ ਸਮਾਜ ਦਾ ਵਿਕਾਸ ਕੀਤਾ ਜਾ ਸਕਦਾ ਹੈ। ਉਨੂਾਂ ਅੱਗੇ ਕਿਹਾ ਕਿ ਨਾਰੀ ਸ਼ਕਤੀ ਬੰਧਨ ਅਧਿਨਿਯਮ ਦਾ ਪਾਸ ਹੋਣਾ ਇਸ ਦਿਸ਼ਾ ਵਿਚ ਇਕ ਅਹਿਮ ਕਦਮ ਹੈ ਜੋ ਧੀਆਂ ਅਤੇ ਭੈਣਾਂ ਨੂੰ ਉਨੂਾਂ ਦੇ ਹੱਕ ਪ੍ਰਦਾਨ ਕਰਦਾ ਹੈ। ਭਾਰਤੀ ਰਿਜ਼ਰਵ ਬੈਂਕ RBI ਨੇ ਕੱਲ੍ਹ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ, ਜਿਸ ਦਾ ਉਦੇਸ਼ ਪਰਿਵਰਤਨਸ਼ੀਲ ਰਿਜ਼ਰਵ ਬੈਂਕ ਏਕੀਕ੍ਰਿਤ ਲੋਕਪਾਲ ਸਕੀਮ 2021 ਬਾਰੇ ਖਪਤਕਾਰਾਂ ਵਿਚ ਜਾਗਰੂਕਤਾ ਵਧਾਉਣਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਭਾਰਤ ਨੇ ਸਾਬਤ ਕਰ ਦਿੱਤੈ ਕਿ ਚੰਗੀ ਰਾਜਨੀਤੀ ਦੇ ਨਾਲ ਨਾਲ ਚੰਗੀ ਆਰਥਿਕਤਾ ਵੀ ਚੱਲ ਸਕਦੀ ਹੈ। ਪ੍ਰਧਾਨ ਮੰਤਰੀ ਅੱਜ ਸਵੇਰੇ ਨਵੀਂ ਦਿੱਲੀ ਵਿਚ ਨੈਸ਼ਨਲ ਕ੍ਰੀਏਟਰਸ ਅਵਾਰਡ ਪ੍ਰਦਾਨ ਕਰਨਗੇ। ਦੇਸ਼ ਭਰ ਵਿਚ ਅੱਜ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹੈ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮਹਾਂਸ਼ਿਵਰਾਤਰੀ ਦੇ ਪਵਿੱਤਰ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਤੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਵੀ ਮਨਾਇਆ ਜਾ ਰਿਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ।